ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਧਾਰੀ ਸਾਹਿਬ ਸਿੰਘ ਜੀ, ਹੋ ਜੋ ਆਪ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ, ਇਹ ਬੜਾ ਮਹਾਨ ਪਵਿੱਤਰ ਸਥਾਨ ਭਗਤ ਬਾਬਾ ਧੰਨਾ ਭਾਈ ਜੀ ਦਾ ਹੈ, ਜਿੱਥੇ ਉਹਨਾਂ ਦਾ ਜਨਮ ਸਥਾਨ ਹੈ, ਜੋ ਸੰਗਤਾਂ ਨੇ ਇਲਾਕਾ ਨਿਵਾਸੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਸ ਅਸਥਾਨ 'ਤੇ, ਜੋ 600 ਸਾਲਾਂ ਸ਼ਤਾਬਦੀ ਆ ਰਹੀ ਹੈ ਉਹਨੂੰ ਸਮਰਪਿਤ, ਉਹਦੀਆਂ ਤਿਆਰੀਆਂ ਵਾਸਤੇ ਅੱਜ ਤੋਂ ਹੀ ਕਮਰਿਆਂ ਦੇ ਲੈਂਟਰ ਪਾਏ ਗਏ ਹਨ। ਸਰੋਵਰ ਦੀ ਤਿਆਰੀ ਆਰੰਭ ਹੋ ਗਈ ਹੈ, ਦੀਵਾਨ ਹਾਲ ਦੀ ਆਰੰਭ ਤਿਆਰੀ ਹੈ। ਸਾਰੀਆਂ ਸੰਗਤਾਂ ਗੜੀ ਇਹੋ ਬੇਨਤੀ ਹੈ ਕਿ ਸਾਰੀਆਂ ਸੰਗਤਾਂ, ਜਥੇਬੰਦੀਆਂ, ਮਹਾਂਪੁਰਖ ਸਿੰਘ ਸਾਹਿਬ, ਦੇਸ਼ਾਂ ਵਿਸ਼ੇਸ਼ਾਂ ਦੇ ਸਾਰੇ ਸੰਗਤਾਂ ਗੜੀ ਬੇਨਤੀ ਹੈ ਕਿ ਹੁਮ ਆ ਕੇ ਸੰਗਤਾਂ ਇਸ ਸ਼ਤਾਬਦੀ ਨੂੰ ਮਨਾਉਣਾ ਹੈ। ਦਾਸ ਦੀ ਬੇਨਤੀ ਕਿ ਇਸ ਸ਼ਤਾਬਦੀ ਦੇ ਆਰੰਭ ਦੇ ਮੁੱਖ ਰੱਖ ਕੇ ਅੱਜ ਬੜੀ ਮਹਾਨ ਕਾਰ ਸੇਵਾ ਦਾ ਆਰੰਭ ਤਾਂ ਹੀ ਸੀ, ਜੋ ਬਹੁਤ ਦੂਰੋਂ ਇਲਾਕਾ ਨਿਵਾਸੀਆਂ ਸੰਗਤਾਂ, ਕੋਟਾ ਦੀਆਂ ਸੰਗਤਾਂ, ਅਹਿਮਦਾਬਾਦ, ਬੜੌਦਾ, MP ਸ਼ੋਪਰ, ਸਾਰੀਆਂ ਸੰਗਤਾਂ ਇੱਥੇ ਜੋ ਪਹੁੰਚ ਕੇ ਲੈਂਟਰ ਹਿੱਸਾ ਪਾਇਆ ਹੈ। ਇੱਥੇ ਸਾਡੇ ਬੋਹੜ ਸਤਿਕਾਰ ਗੁਰਮੀਤ ਸਿੰਘ ਜੀ ਗੌਰ ਜੀ ਵੀ ਇੱਥੇ ਆ ਕੇ ਇਹਨਾਂ ਨੇ ਆਪਣੇ ਹੱਥੀਂ ਕਾਰ ਸੇਵਾ ਕੀਤੀ ਹੈ, ਜੋ ਇਸ ਸਥਾਨ ਦੀ ਮਹਾਨ ਸੇਵਾ ਹੈ, ਜੋ ਬਾਬਾ ਧੰਨਾ ਭਾਈ ਜੀ ਨੇ ਇੱਥੇ ਬਹੁਤ ਹੀ ਤਪੱਸਿਆ ਕਰਕੇ ਪਰਮੇਸ਼ੁਰ ਨੂੰ ਹਿਰਦੇ 'ਚ ਵਸਾ ਕੇ ਸਾਧੂ ਦਰਸ਼ਨ ਕਰਕੇ ਸਥਾਨ 'ਤੇ, ਜਿੱਥੇ ਭਗਤ ਧੰਨਾ ਜੀ ਆਪਣੀ ਖੇਤੀ ਕਰਦਿਆ ਕਰ ਸੀ, ਉੱਥੇ ਭਗਤ ਧੰਨਾ ਜੀ ਨੇ ਪਰਮੇਸ਼ੁਰ ਨੂੰ ਪਾ ਕੇ, ਪਰਮੇਸ਼ੁਰ ਨੇ ਬਾਬਾ ਧੰਨਾ ਪਿਆ ਖੂਹ ਵਾਹਿਆ, ਪਿਆਰੇ ਮੋੜੇ ਅੱਜ ਵੀ ਮੌਜੂਦ ਧਰਤੀ ਹੈ, ਖੂਹ ਮੌਜੂਦ ਹੈ, ਜੋ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਹਨ, ਦਰਸ਼ਨ ਕਰਕੇ ਖੂਹ ਦੇ ਜਲ ਵੀ ਵਰਤਦੀਆਂ ਹਨ, ਜੋ ਆਮ ਕਈ ਰੋਗੀ ਇੱਥੇ ਰਾਜੀ ਹੋ ਜਾਂਦੇ ਹਨ। ਇਸ ਕਰਕੇ ਇਸ ਸਰਮਤਾ ਵਾਸਤੇ ਲੰਗਰ ਹਾਲ, ਧਰਮਸ਼ਾਲਾ ਬਣਾਈਆਂ ਜਾ ਰਹੀਆਂ ਹਨ ਸੰਗਤਾਂ ਵਾਸਤੇ, ਜਿੱਥੇ ਸਰੋਵਰ, ਅੱਜ ਸਰੋਵਰ ਦਾ ਲੈਂਟਰ ਪਾਇਆ ਹੈ, ਬਹੁਤ ਹੀ ਤਗਾ ਸੰਗਤਾਂ ਇੱਥੇ ਆਈਆਂ ਸਨ, ਨਾਲ ਦੀਵਾਨ ਹਾਲ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿੱਥੇ ਬਹੁਤ ਸੰਗਤਾਂ ਦਾ ਉਤਸ਼ਾਹ ਹੈ, ਜੋ ਸੰਗਤਾਂ ਬੜੇ ਉਤਸ਼ਾਹ ਨਾਲ ਇੱਥੇ ਆ ਕੇ ਸੇਵਾ ਕਰ ਰਹੀਆਂ ਹਨ। ਸੋ ਸਾਰਿਆਂ ਸੰਗਤਾਂ ਗਾੜੀ ਬੇਨਤੀ ਹੈ, ਜਿੱਥੇ ਵੀ ਸੰਗਤਾਂ ਸੁਣਦੀਆਂ ਹੋਣ, ਦਾਸ ਦੀ ਬੇਨਤੀ ਹੈ, ਤਨ ਮਨ ਕਰਕੇ, ਧਨ ਕਰਕੇ ਇਸ ਸਥਾਨ ਦੀ ਆਪਾਂ ਸੇਵਾ ਕਰਨੀ ਹੈ। ਆਉਂਦੇ ਸਾਲ 2016 ਦੇ ਵਿੱਚ 13 ਮਾਰਚ ਨੂੰ ਜੋ ਨੀਕਿਆ ਗਿਆ ਹੈ ਐਤਵਾਰ, ਸਾਰੀਆਂ ਸੰਗਤਾਂ ਨੇ ਹੁਮ ਆ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਵਾਹ ਚੜ੍ਹ ਕੇ ਸੇਵਾ ਕਰਨ ਦੀ ਕਿਰਪਾਲਤਾ ਕਰਨੀ। ਬੋਲਾਂ ਚੁੱਕਾਂ ਦੀ ਮਾਫ਼ੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।